ਜਿਸ ਤਰ੍ਹਾਂ ਹਰ ਕੋਈ ਇਨਸਾਨ ਆਪਣੀ ਫਿਜ਼ੀਕਲ ਡਿਸੇਬਿਲਿਟੀ ਅਤੇ ਫਿਜ਼ੀਕਲ ਪ੍ਰੋਬਲਮਸ ਨੂੰ ਚੈੱਕ ਕਰਵਾਉਣ ਲਈ ਹੋਸਪਿਟਲ 'ਚ ਵਿਜ਼ਿਟ ਕਰਦਾ ਹੈ, ਉਸੇ ਤਰ੍ਹਾਂ ਹਰ ਇਨਸਾਨ ਨੂੰ ਆਪਣੀ ਮੈਂਟਲ ਪ੍ਰੋਬਲਮ ਅਤੇ ਸਾਈਕੋਲੋਜੀਕਲ ਪ੍ਰੋਬਲਮ ਨੂੰ ਚੈੱਕ ਕਰਵਾਉਣਾ ਚਾਹੀਦਾ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਕਨਿਕਾ ਲੂਥਰਾ, ਕੰਸਲਟੈਂਟ ਸਾਈਕੋਲੋਜਿਸਟ, NHS ਹੋਸਪਿਟਲ ਜਲੰਧਰ। ਅੱਜ ਮੈਂ ਤੁਹਾਡੇ ਸਾਰਿਆਂ ਦੇ ਨਾਲ ਪੋਜ਼ਿਟਿਵ ਥਿੰਕਿੰਗ ਬਾਰੇ ਗੱਲ ਕਰਨ ਆਈ ਹੈ ਕਿ ਕਿਸ ਤਰ੍ਹਾਂ ਪੋਜ਼ਿਟਿਵ ਥਿੰਕਿੰਗ ਸਾਡੀ ਪੋਜ਼ਿਟਿਵ ਲਾਈਫ ਅਤੇ ਸਾਡੇ ਮੈਂਟਲ ਲੈਵਲ ਉੱਤੇ ਇਫੈਕਟ ਪਾਉਂਦੀ ਹੈ। ਸਾਨੂੰ ਲੱਗਦਾ ਹੈ ਕਿ ਜਿਹੜੇ ਵੀ ਸਾਡੇ ਦਿਮਾਗ 'ਚ ਨੈਗੇਟਿਵ ਵਿਚਾਰ ਆਉਂਦੇ ਆ ਜਾਂ ਪੋਜ਼ਿਟਿਵ ਵਿਚਾਰ ਆਉਂਦੇ ਆ, ਉਹ ਸਾਨੂੰ ਉੱਪਰ ਸਾਡੀ ਲਾਈਫ ਦੇ ਵਿੱਚ ਜਾਂ ਤਾਂ ਸਾਨੂੰ ਸਕਸੈਸ ਪ੍ਰੋਵਾਈਡ ਕਰਵਾਉਂਦੇ ਆ ਜਾਂ ਤਾਂ ਸਾਨੂੰ ਡਾਊਨ ਲੈ ਕੇ ਆਉਂਦੇ ਆ, ਜੋ ਕਿ ਸੱਚ ਹੈ। ਪੋਜ਼ਿਟਿਵ ਮਾਈਂਡ ਦੇ ਵਿਚਾਰ ਨੈਗੇਟਿਵ ਮਾਈਂਡ ਨਾਲੋਂ ਵੀ ਵੱਡੇ ਹੁੰਦੇ ਆ। ਜਿਹੜਾ ਵੀ ਸਾਡੇ ਦਿਮਾਗ ਦੇ ਵਿੱਚ ਵਿਚਾਰ ਆਉਂਦਾ ਹੈ ਜਾਂ ਤਾਂ ਸਾਨੂੰ ਹੀਲ ਕਰ ਸਕਦਾ ਹੈ ਜਾਂ ਤਾਂ ਸਾਨੂੰ ਹਰਟ ਕਰ ਸਕਦਾ ਹੈ ਜਾਂ ਤਾਂ ਸਾਨੂੰ ਆਪਣੀ ਲਾਈਫ ਦੇ ਵਿੱਚ ਸਕਸੈਸ ਦੇ ਸਕਦਾ ਹੈ। ਹੁਣ ਇਹ ਸਾਡੇ ਹੱਥ ਦੇ ਵਿੱਚ ਹੁੰਦਾ ਹੈ ਆਪਾਂ ਕਿਹੜੇ ਮਾਈਂਡ ਨੂੰ ਚੂਜ਼ ਕਰਨਾ ਹੈ, ਕਿਹੜੇ ਵਿਚਾਰਾਂ ਨੂੰ ਚੂਜ਼ ਕਰਨਾ। ਫੋਰ ਐਗਜ਼ਾਮਪਲ, ਜੇ ਬੈਟਸਮੈਨ ਨੂੰ ਸਿਕਸਰ ਦੀ ਨੀਡ ਹੈ ਅਤੇ ਆਪਣੇ ਮਾਈਂਡ ਨੂੰ ਐਵੇਂ ਹੀ ਕੰਡੀਸ਼ਨ ਕਰੇ ਕਿ ਨਹੀਂ ਮੇਰੇ ਕੋਲੋਂ ਹੋਣਾ ਨਹੀਂ ਹੈ ਜਾਂ ਕਰ ਨਹੀਂ ਸਕਦਾ, ਤਾਂ ਉਹ ਕਦੀ ਵੀ ਆਪਣੀ ਗੇਮ ਦੇ ਵਿੱਚ 6 ਰਨ ਨਹੀਂ ਲੈ ਸਕਦਾ ਜਾਂ ਸਿਕਸਰ ਨਹੀਂ ਕਰ ਸਕਦਾ। ਅਗਰ ਉਹੀ ਬੈਟਸਮੈਨ ਆਪਣੇ ਮਾਈਂਡ ਨੂੰ ਐਵੇਂ ਕੰਡੀਸ਼ਨ ਕਰੇ ਕਿ ਨਹੀਂ ਮੈਂ ਕਰ ਸਕਦਾ ਹਾਂ, ਮੈਂ ਆਪਣੀ ਲਾਈਫ 'ਚ ਹਰ ਚੀਜ਼ ਨੂੰ ਅਚੀਵ ਕਰ ਸਕਦਾ ਹਾਂ, ਮੈਂ ਆਪਣੇ ਗੋਲਸ ਪੂਰੇ ਕਰ ਸਕਦਾ, ਐਂਡ ਉਹ ਹਮੇਸ਼ਾ ਕਰਦਾ, ਕਿਉਂਕਿ ਪੋਜ਼ਿਟਿਵ ਮਾਈਂਡ ਅਤੇ ਪੋਜ਼ਿਟਿਵ ਥੋਟਸ ਹਮੇਸ਼ਾ ਸਾਨੂੰ ਹੈਲਪ ਕਰਦੇ ਆਪਣੀ ਲਾਈਫ 'ਚ ਗਰੋ ਕਰਨ ਦੇ ਵਿੱਚ। ਐਂਡ ਜਿਹੜੇ ਨੈਗੇਟਿਵ ਵਿਚਾਰ ਹੁੰਦੇ ਆ, ਕਿਤੇ ਨਾ ਕਿਤੇ ਸਾਡੇ ਦਿਮਾਗ ਦੇ ਵਿੱਚੋਂ ਸਟ੍ਰੈਸ ਰਿਗਾਰਡਿੰਗ ਡਿਸਆਰਡਰਸ ਨੂੰ ਕ੍ਰੀਏਟ ਕਰਦੇ ਆ। ਐਂਡ ਸਟ੍ਰੈਸ ਰਿਗਾਰਡਿੰਗ ਡਿਸਆਰਡਰ ਮਤਲਬ ਮੈਂਟਲ ਪ੍ਰੋਬਲਮ, ਸਾਈਕੋਲੋਜੀਕਲ ਪ੍ਰੋਬਲਮ। ਅੱਜ ਦੇ ਟਾਈਮ ਦੇ ਵਿੱਚ ਸਾਡੀ ਮੈਂਟਲ ਪ੍ਰੋਬਲਮ, ਸਾਡੇ ਸਟ੍ਰੈਸ ਸਾਡੀ ਥਿੰਕਿੰਗ ਕਰਕੇ ਜ਼ਿਆਦਾ ਵੱਧ ਰਹੇ। ਜ਼ਿਆਦਾਤਰ ਵੇਖਿਆ ਜਾਂਦਾ ਹੈ ਕਿ ਜਿਹੜੇ ਵੀ ਸਟ੍ਰੈਸ ਰਿਗਾਰਡਿੰਗ ਡਿਸਆਰਡਰਸ ਨਾਲ ਜੂਝ ਰਹੇ ਆ, ਉਹਨਾਂ ਦਾ ਇਨਵਾਇਰਮੈਂਟ ਨੈਗੇਟਿਵ ਜ਼ਿਆਦਾ ਹੈ, ਪੋਜ਼ਿਟਿਵ ਘੱਟ ਹੈ। ਉਹ ਟਰਾਈ ਕਰਦੇ ਆ ਕਿ ਹਮੇਸ਼ਾ, ਟਰਾਈ ਵੀ ਨਹੀਂ, ਬੇਸਿਕਲੀ ਉਹਨਾਂ ਦਾ ਮਾਇੰਡ ਹੀ ਆਟੋਮੈਟਿਕ ਉਹਨਾਂ ਨੂੰ ਨੈਗੇਟਿਵ ਵਿਚਾਰਾਂ ਵੱਲ ਲੈ ਕੇ ਚਲਾ ਜਾਂਦਾ ਹੈ, ਅਤੇ ਉਸੀ ਨੈਗੇਟਿਵ ਥੋਟਸ ਦੇ ਵਿੱਚ ਉਹ ਕੰਫਰਟੇਬਲ ਹੋ ਜਾਂਦੇ ਆ, ਜੋ ਕਿ ਬਹੁਤ ਗਲਤ ਚੀਜ਼ ਹੈ। ਜਦੋਂ ਵੀ ਸਾਡੇ ਦਿਮਾਗ 'ਚ ਨੈਗੇਟਿਵ ਥੋਟਸ ਆਉਂਦੇ, ਸਾਨੂੰ ਹਮੇਸ਼ਾ ਉਹਨੂੰ ਕਨਵਰਟ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਈਵਨ ਜੇਕਰ ਸਾਡਾ ਇਨਵਾਇਰਮੈਂਟ ਵੀ ਨੈਗੇਟਿਵ ਹੈਗਾ, ਉਹਨੂੰ ਵੀ ਚੇਂਜ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਨੈਗੇਟਿਵ ਇਨਵਾਇਰਮੈਂਟ ਹਮੇਸ਼ਾ ਸਾਡੀ ਲਾਈਫ ਉੱਤੇ ਨੈਗੇਟਿਵ ਇੰਪੈਕਟ ਪਾਉਂਦਾ, ਈਵਨ ਸਾਡਾ ਨੈਗੇਟਿਵ ਇਨਵਾਇਰਮੈਂਟ ਸਾਡੇ ਥੋਟ ਪ੍ਰੋਸੈਸ ਉੱਤੇ ਵੀ ਇੰਪੈਕਟ ਪਾਉਂਦਾ। ਸਾਨੂੰ ਹਮੇਸ਼ਾ ਟਰਾਈ ਕਰਨਾ ਚਾਹੀਦਾ ਕਿ ਆਪਣੇ ਥੋਟ ਪ੍ਰੋਸੈਸ ਨੂੰ ਹਮੇਸ਼ਾ ਨੋਰਮਲ ਰੱਖਣਾ। ਹੁਣ ਥੋਟ ਪ੍ਰੋਸੈਸ ਨੂੰ ਨੋਰਮਲ ਕਿਵੇਂ ਰੱਖਿਆ ਜਾਂਦਾ, ਮੈਂ ਉਹ ਵੀ ਤੁਹਾਡੇ ਸਾਹਮਣੇ ਕੁਝ ਪੁਆਇੰਟਸ ਦੱਸਣਾ ਚਾਹੂੰਗੀ। ਨੈਗੇਟਿਵ ਸੋਚ ਅਤੇ ਨੈਗੇਟਿਵ ਵਿਚਾਰਾਂ ਕਰਕੇ ਸਾਡਾ ਦਿਮਾਗ ਸਾਡੀ ਲੋੜ ਤੋਂ ਵੱਧ ਚੱਲਦਾ ਹੈ। ਸਾਨੂੰ ਹਮੇਸ਼ਾ ਇੱਕ ਗੱਲ ਆਪਣੇ ਦਿਮਾਗ 'ਚ ਰੱਖਣੀ ਚਾਹੀਦੀ ਹੈ, ਵਰਡ ਸਾਨੂੰ ਹੀਲ ਵੀ ਕਰ ਸਕਦੇ ਹੈ, ਹਰਟ ਵੀ ਕਰ ਸਕਦੇ ਐਂਡ ਹੈਲਪ ਵੀ ਕਰ ਸਕਦੇ ਹੈ। ਐਂਡ ਹਮੇਸ਼ਾ ਹੀਲ ਵਾਲੇ ਪਾਰਟ ਨੂੰ ਚੂਜ਼ ਕਰਨਾ ਚਾਹੀਦਾ, ਆਪਣੇ ਆਪ ਨੂੰ ਹਮੇਸ਼ਾ ਟਰਾਈ ਕਰਨਾ ਕਿ ਅਗਰ ਤੁਸੀਂ ਹਰਟ ਵੀ ਹੋਏ ਹੋ ਕੋਈ ਨਾ ਕੋਈ ਪੁਆਇੰਟ ਦੇ ਵਿੱਚ, ਅਗਰ ਤੁਹਾਡਾ ਦਿਮਾਗ ਜਾਂ ਕੋਈ ਵੀ ਥੋਟ ਪ੍ਰੋਸੈਸ ਹਰਟ ਵੀ ਹੋਇਆ, ਸੋ ਉਹਨੂੰ ਹੀਲ ਕਰਨ ਦੀ ਕੋਸ਼ਿਸ਼ ਕਰਨੀ ਹੈ। ਹਮੇਸ਼ਾ ਟਰਾਈ ਕਰੋ ਕਿ ਆਪਣੇ ਨੈਗੇਟਿਵ ਵਰਡਸ ਨੂੰ ਇਗਨੋਰ ਕਰਨਾ ਸਟਾਰਟ ਕਰੋ। ਜੇਕਰ ਤੁਹਾਡੇ ਵਿੱਚੋਂ ਕੋਈ ਵੀ ਆਪਣੀ ਇਸ ਪ੍ਰੋਬਲਮ ਦੇ ਨਾਲ ਫੇਸ ਕਰ ਰਿਹਾ ਜਾਂ ਆਪਣੇ ਥੋਟਸ ਦੇ ਰਿਗਾਰਡਿੰਗ ਸਿਚੁਏਸ਼ਨਸ ਨੂੰ ਫੇਸ ਕਰ ਰਿਹਾ, ਸੋ ਦੇਰ ਨਾ ਕਰਦੇ ਹੋਏ NHS ਹੋਸਪਿਟਲ ਜਲੰਧਰ ਆਪਣੇ ਸਾਈਕੋਲੋਜਿਸਟ ਨੂੰ ਆ ਕੇ ਜ਼ਰੂਰ ਮਿਲੋ। ਥੈਂਕ ਯੂ।